ਪ੍ਰਭ ਸਾਹਿਬ ਮਹਾਰਾਜ ਆਪ ਦੇ ਸਨਮੁੱਖ ਹੋ ਕੇ ਤੇਰੇ ਨਾਲ ਇਤਰਾਨ ਕਰਦਾ ਕਿ ਤੇਰਾ ਗੁਰਸਿੱਖ ਜਿਹੜੀ ਵੀ ਸਰਕਾਰੀ ਗ੍ਰਾਂਟ ਆਊਗੀ ਉਹਦੇ ਵਿੱਚੋਂ ਇੱਕ ਵੀ ਰੁਪਈਆ ਖਾਵਾਂ ਤਾਂ ਮੈਂ ਨਗਰ ਦਾ ਤੇਰਾ ਗੁਨਾਹਗਾਰ ਹੋਊਂ। ਜਿਹੜੀ ਵੀ ਬਾਹਰੋਂ ਸਰਕਾਰ ਕੰਨਿਓ ਕੋਈ ਵੀ ਗ੍ਰਾਂਟ ਜਿੰਨੀ ਵੀ ਆਊਗੀ ਜੇ ਉਹਦੇ ਵਿੱਚੋਂ ਵਾਹਿਗੁਰੂ ਮੈਂ ਇੱਕ ਰੁਪਈਆ ਵੀ ਖਾਵਾਂ ਤਾਂ ਮੈਂ ਤੇਰਾ ਗੁਨਾਹਗਾਰ ਹੋਵਾਂਗਾ। ਜੋ ਵੀ ਮੈਨੂੰ ਸਜ਼ਾ ਹੋਊਗੀ ਉਹ ਵਾਹਿਗੁਰੂ ਮੈਨੂੰ ਤੂੰ ਲਾਈ। ਮੈਂ ਇੱਕ ਵੀ ਰੁਪਈਆ ਇੱਕ ਪੈਸਾ ਨਗਰ 'ਤੇ ਲਾਊਂਗਾ। ਜੇ ਮੈਂ ਉਹਦੇ ਵਿੱਚੋਂ ਇੱਕ ਵੀ ਰੁਪਈਆ ਖਾਵਾਂ ਤਾਂ ਮੈਂ ਤੇਰਾ ਗੁਨਾਹਗਾਰ ਹੋਊਂਗਾ, ਨਗਰ ਦਾ ਗੁਨਾਹਗਾਰ। ਪੰਚਾਇਤੀ ਚੋਣਾਂ ਨੂੰ ਲੈ ਕੇ ਉਮੀਦਵਾਰ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰ ਰਹੇ ਨੇ ਤੇ ਤਰ੍ਹਾਂ ਤਰ੍ਹਾਂ ਦੀਆਂ ਸੌਹਾਂ ਵੀ ਖਾ ਰਹੇ ਨੇ। ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਸਰਪੰਚੀ ਦਾ ਉਮੀਦਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸੌਂ ਚੁੱਕ ਰਿਹਾ ਹੈ ਕਿ ਜੇਕਰ ਉਸ ਨੂੰ ਸਰਪੰਚ ਬਣਾਉਣਗੇ ਤਾਂ ਉਹ ਸਰਕਾਰੀ ਗ੍ਰਾਂਟ ਦੇ ਵਿੱਚੋਂ ਕੋਈ ਵੀ ਪੈਸਾ ਨਹੀਂ ਖਾਵੇਗਾ ਅਤੇ ਜੇਕਰ ਇੱਕ ਵੀ ਪੈਸਾ ਉਹ ਸਰਕਾਰੀ ਗ੍ਰਾਂਟ ਦੇ ਵਿੱਚੋਂ ਖਾਵੇਗਾ ਤਾਂ ਉਹ ਗੁਰਦੁਆਰਾ ਸਾਹਿਬ ਜਾ ਕੇ ਕਹਿ ਰਿਹਾ ਹੈ ਕਿ ਉਹ ਗੁਨਾਹਗਾਰ ਹੋਏਗਾ। ਸਨਮੁੱਖ ਹੋ ਕੇ ਤੇਰੇ ਨਾਲ ਇਤਰਾਨ ਕਰਦਾ ਕਿ ਤੇਰਾ ਗੁਰਸਿੱਖ ਜਿਹੜੀ ਵੀ ਸਰਕਾਰੀ ਗ੍ਰਾਂਟ ਆਊਗੀ ਉਹਦੇ ਵਿੱਚੋਂ ਇੱਕ ਵੀ ਰੁਪਈਆ ਖਾਵਾਂ ਤਾਂ ਮੈਂ ਨਗਰ ਦਾ ਤੇਰਾ ਗੁਨਾਹਗਾਰ ਹੋਊਂ। ਜਿਹੜੀ ਵੀ ਬਾਹਰੋਂ ਸਰਕਾਰ ਕੰਨਿਓ ਕੋਈ ਵੀ ਗ੍ਰਾਂਟ ਜਿੰਨੀ ਵੀ ਆਊਗੀ ਜੇ ਉਹਦੇ ਵਿੱਚੋਂ ਵਾਹਿਗੁਰੂ ਮੈਂ ਇੱਕ ਰੁਪਈਆ ਵੀ ਖਾਵਾਂ ਤਾਂ ਮੈਂ ਤੇਰਾ ਗੁਨਾਹਗਾਰ ਹੋਵਾਂਗਾ। ਜੋ ਵੀ ਮੈਨੂੰ ਸਜ਼ਾ ਹੋਊਗੀ ਉਹ ਵਾਹਿਗੁਰੂ ਮੈਨੂੰ ਤੂੰ ਲਾਈ। ਮੈਂ ਇੱਕ ਵੀ ਰੁਪਈਆ ਇੱਕ ਪੈਸਾ ਨਗਰ 'ਤੇ ਲਾਊਂਗਾ। ਜੇ ਮੈਂ ਉਹਦੇ ਵਿੱਚੋਂ ਇੱਕ ਵੀ ਰੁਪਈਆ ਖਾਵਾਂ ਤਾਂ ਮੈਂ ਤੇਰਾ ਗੁਨਾਹਗਾਰ ਹੋਊਂਗਾ, ਨਗਰ ਦਾ ਗੁਨਾਹਗਾਰ ਹੋਊਂਗਾ। ਇਸ ਢੰਗ ਦੇ ਨਾਲ ਉਸਨੇ ਕਿਹਾ ਕਿ ਜੇ ਮੈਂ ਪੈਸਾ ਖਾਧਾ ਤਾਂ ਮੈਂ ਗੁਨਾਹਗਾਰ ਹੋਵਾਂਗਾ, ਕਿਸੇ ਵੀ ਗ੍ਰਾਂਟ ਦੇ ਵਿੱਚੋਂ ਪੈਸਾ ਨਹੀਂ ਖਾਵਾਂਗਾ। ਤਾਂ ਦੱਸ ਦਈਏ ਕਿ ਇਹ ਬਲਵਿੰਦਰ ਸਿੰਘ ਹੈ ਅਤੇ ਜਿਸਨੇ ਇਹ ਸਹੁੰ ਚੱਕੀ ਹੈ। ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਰੋੜਕੀ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾ ਕੇ ਬਲਵਿੰਦਰ ਸਿੰਘ ਨੇ ਸਹੁੰ ਚੁੱਕੀ ਅਤੇ ਪਿੰਡ ਵਾਲਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਸਰਪੰਚੀ ਦੇ ਦੌਰਾਨ ਕੋਈ ਪੈਸਾ ਨਹੀਂ ਖਾਏਗਾ। ਅਤੇ ਹੁਣ ਬਲਵਿੰਦਰ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਜਿੱਥੇ ਪੰਜਾਬ ਦੇ ਪਿੰਡਾਂ ਵਿੱਚ ਸਰਪੰਚੀ ਨੂੰ ਲੈ ਕੇ ਬੋਲੀਆਂ ਲੱਗ ਰਹੀਆਂ ਨੇ ਉੱਥੇ ਸਹੁੰਾਂ ਵੀ ਖਾਧੀਆਂ ਜਾ ਰਹੀਆਂ ਨੇ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਵਿਅਕਤੀ ਦੇ ਵੱਲੋਂ ਸਹੁੰ ਚੁੱਕੀ ਗਈ ਹੈ। ਮਾਨਸਾ ਦਾ ਪਿੰਡ ਹੈ ਰੋੜਕੀ, ਜਿੱਥੋਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਸਨੇ ਸਹੁੰ ਚੁੱਕੀ ਹੈ ਕਿ ਸਰਪੰਚ ਬਣ ਕੇ ਕੋਈ ਪੈਸਾ ਨਹੀਂ ਖਾਵਾਂਗਾ, ਜੇ ਮੈਂ ਪੈਸਾ ਖਾਧਾ ਤਾਂ ਮੈਂ ਗੁਨਾਹਗਾਰ ਹੋਵਾਂਗਾ। ਇਸ ਦੇ ਨਾਲ ਹੀ ਪਿੰਡ ਵਾਲਿਆਂ ਦੇ ਨਾਲ ਵੀ ਉਸ ਨੇ ਕਈ ਵਾਅਦੇ ਕੀਤੇ ਨੇ ਕਿ ਪਿੰਡ ਦੇ ਵਿੱਚ ਇੱਕ ਮਜ਼੍ਹਬੀ ਸਿੱਖਾਂ ਦੇ ਮੰਦਿਰ ਦੀ ਛੱਤ ਪੁਆਈ ਜਾਵੇਗੀ, ਧਰਮਸ਼ਾਲਾ ਨੂੰ ਵੀ ਆਧੁਨਿਕ ਢੰਗ ਦੇ ਨਾਲ ਬਣਾਇਆ ਜਾਵੇਗਾ, ਘੱਗਰ ਦਰਿਆ ਦੇ ਵਿੱਚ ਆਉਣ ਵਾਲੇ ਪਾਣੀ ਨੂੰ ਪਿੰਡਾਂ ਦੇ ਲਈ ਸਿੰਜਾਈ ਲਈ ਵਰਤਿਆ ਜਾਵੇਗਾ। ਇਸ ਢੰਗ ਦੇ ਨਾਲ ਇਸ ਨੇ ਕਈ ਹੋਰ ਵੀ ਵਾਅਦੇ ਕੀਤੇ ਨੇ ਅਤੇ ਪਿੰਡ ਵਾਲਿਆਂ ਦੀ ਇਹ ਵੀਡੀਓ ਵਾਇਰਲ ਵੀ ਹੋ ਰਹੀ ਹੈ ਜਿਸ ਦੇ ਵਿੱਚ ਇਸ ਤੋਂ ਸ਼ਰਤਾਂ ਮਨਾਈਆਂ ਜਾ ਰਹੀਆਂ ਨੇ ਅਤੇ ਨਾਲ ਹੀ ਇਸ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸਹੁੰ ਵੀ ਚੱਕੀ ਹੈ। ਮਸਲਾ ਇਹ ਹੈ ਜੀ, ਮੈਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਪ੍ਰਣ ਕੀਤਾ, ਸਹੁੰ ਖਾਧੀ ਹੈ ਵੀ ਮੈਂ ਜਿਹੜਾ ਵੀ ਮੇਰੇ ਨਗਰ ਦੇ ਵਿੱਚ ਬਾਹਰੋਂ ਕੋਈ ਸਰਕਾਰੀ ਪੈਸਾ ਆਊਗਾ ਮੈਂ ਉਹਦੇ ਵਿੱਚੋਂ ਇੱਕ ਪੈਸਾ ਵੀ ਖਾਵਾਂ ਤਾਂ ਉਹ ਮੈਂ ਸਾਡੇ ਨਗਰ ਦਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਮੈਂ ਸਹੁੰ ਖਾਧੀ ਹੈ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀ ਹੋਊਂਗਾ। ਹੋਰ ਸਰਪੰਚਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਵੀ ਚੋਣ ਲੜ ਰਹੇ? ਮੈਂ ਤਾਂ ਦੇਖੋ ਜੀ, ਮੈਂ ਤਾਂ ਇਹੀ ਕਹਿਣਾ ਵੀ ਇਹ ਜਿਹੜਾ ਪੈਸਾ ਇਹ ਸਾਰਾ ਨਗਰ 'ਤੇ ਲੱਗਣਾ ਚਾਹੀਦਾ ਅਤੇ ਦੇਖੋ ਇਹ ਪੈਸਾ ਆਉਂਦਾ, ਇਹ ਜਿਹੜਾ ਪੈਸਾ ਸਰਕਾਰੀ ਆਪਾਂ ਸਾਰਾ ਨਗਰਾਂ 'ਤੇ ਲਾਈਏ ਫਿਰ ਹੀ ਵਿਕਾਸ ਹੋਊਗਾ ਜੀ ਨਗਰ। ਇਹ ਫੈਸਲਾ ਕਿਉਂ ਲਿਆ, ਪਿੰਡ 'ਚ ਕੋਈ ਹੋਇਆ? ਦੇਖੋ ਜੀ, ਮੇਰੀ ਤਾਂ ਪਹਿਲੇ ਦਿਨੋਂ ਹੀ ਸੋਚ ਇਹ ਹੈ, ਮੈਂ ਤਾਂ ਪਹਿਲਾਂ ਵੀ ਮੇਰੇ ਨਗਰ 'ਚ ਜਾ ਕੇ ਪੁੱਛ ਲਓ ਕਿਸੇ ਨਾਲ ਮੈਂ ਜਾਣਾ
ਮੈਂ ਚਾਹ ਦਾ ਕੱਪ ਵੀ ਨਹੀਂ ਅਗਲੇ ਤੋਂ ਪੀਣਾ, ਨਾ ਪਾਣੀ। ਤੇਲ ਦਾ ਖਰਚਾ ਮੇਰਾ ਹੁੰਦਾ, ਗੱਡੀ ਦਾ ਸਾਰਾ। ਮੈਂ ਕਿਸ ਤੋਂ ਨਾ ਤੇਲ ਪਵਾਇਆ ਕਦੇ, ਨਾ ਮੈਂ ਕਿਸੇ ਅਫਸਰ ਨੂੰ ਪੈਸਾ ਦਿੱਤਾ। ਅੱਜ ਤੱਕ ਇਹ ਮੇਰਾ ਰਿਕਾਰਡ ਹੈ। ਮੇਰੇ ਪਿੰਡ 'ਚ ਜਾ ਕੇ ਤੁਸੀਂ ਪੁੱਛ ਸਕਦੇ ਹੋ। ਅਤੇ ਜਿਹੜੀ ਇਹ ਮੈਂ ਪ੍ਰਣ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਖੜ ਕੇ ਜੀ, ਇਹ 'ਤੇ ਮੈਂ ਕਾਇਮ ਹੈ। ਅਤੇ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਵੀ ਅੱਗੇ ਤੋਂ ਵੀ ਕਾਇਮ ਰੱਖਣ ਦੀ ਸਮਰੱਥ ਬਖਸ਼ੇ ਵਾਹਿਗੁਰੂ।